ਪੁਲਿਸ ਨੇ 8 ਸਾਲ ਦੀ ਨਾਬਾਲਿਗ ਲੜਕੀ ਦੇ ਨਾਲ ਜਬਰ ਜਨਾਹ ਕਰਨ ਦੇ ਦੋਸ਼ ਦੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਪੀੜਿਤ ਲੜਕੀ ਦੇ ਪਿਤਾ ਨੇ ਬਿਆਨ ਦਰਜ ਕਰਵਾਇਆ ਸੀ ਕਿ 1 ਮਹੀਨਾ ਪਹਿਲਾਂ ਉਹ ਨਸ਼ਾ ਛਡਾਊ ਸੈਂਟਰ ਦੇ ਵਿੱਚ ਜਾਂਦਾ ਤਾਂ ਜਾਣ ਤੋਂ ਪਹਿਲਾਂ ਆਪਣੀ 8 ਸਾਲ ਦੀ ਬੇਟੀ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਦੇਖ ਰੇਖ ਲਈ ਛੱਡ ਦਿੰਦਾ ਹੈ ਅਤੇ ਜਦੋਂ ਉਹ ਵਾਪਸ ਆਉਂਦਾ ਹੈ ਤਾਂ ਬੇਟੀ ਉਸਨੂੰ ਦੱਸਦੀ ਹੈ ਕਿ ਪਰਮਜੀਤ ਸਿੰਘ ਉਸਦੇ ਨਾਲ ਜ਼ਬਰਦਸਤੀ ਕਰਦਾ ਸੀ, ਜਿਸ ਤੋਂ ਬਾਅਦ ਉਹ ਪੁਲਿਸ ਦੇ ਕੋਲ ਇਸਦੀ ਸ਼ਿਕਾਇਤ ਦਰਜ ਕਰਵਾਉਂਦਾ। ਤਾਂ ਇਸ ਸੰਬੰਧੀ SHO ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਪੀੜਿਤ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਅਤੇ IPC ਦੀ ਧਾਰਾ 376 ਪੋਕਸੋ ਐਕਟ ਦੇ ਅਧੀਨ ਇਹ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਤਾਂ ਦੱਸ ਦਈਏ ਕਿ ਦੋਸ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਅਤੇ 8 ਸਾਲ ਦੀ ਮਾਸੂਮ ਬੱਚੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਸੀ। ਤਾਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਨਸ਼ਾ ਛਡਾਊ ਕੇਂਦਰ ਵਿੱਚ ਜਾਂਦਾ ਹੈ ਤਾਂ ਜਾਣ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਦੇ ਘਰ ਉਸ ਬੱਚੀ ਨੂੰ ਛੱਡ ਕੇ ਜਾਂਦਾ ਹੈ ਕਿ ਦੇਖ ਰੇਖ ਕੀਤੀ ਜਾ ਸਕੇ, ਪਰ ਉਹਨਾਂ ਦੇ ਵੱਲੋਂ ਹੀ ਉਸ ਬੱਚੀ ਦੇ ਨਾਲ ਜ਼ਬਰ ਜਨਾਹ ਕੀਤਾ ਜਾਂਦਾ। ਤਾਂ 8 ਸਾਲ ਦੀ ਮਾਸੂਮ ਬੱਚੀ ਸੀ, ਜਦ ਪਿਤਾ ਵਾਪਸ ਆਉਂਦਾ ਹੈ ਤਾਂ ਉਹ ਆਪਣੇ ਪਿਤਾ ਨੂੰ ਸਾਰੀ ਗੱਲ ਦੱਸਦੀ ਹੈ ਤਾਂ ਪਿਤਾ ਫਿਰ ਪੁਲਿਸ ਦੇ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਉਂਦਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਸ਼ਖਸ ਨੂੰ ਪੋਕਸੋ ਐਕਟ ਦੇ ਅਧੀਨ ਗ੍ਰਿਫਤਾਰ ਕਰ ਲਿਆ। ਸਾਡੇ ਚੌਂਕੀ ਇੰਚਾਰਜ ਸੈਲਾ ASI ਓਂਕਾਰ ਸਿੰਘ ਨੇ ਇੱਕ FIR ਨੰਬਰ ਦਰਜ ਕੀਤੀ ਜੀ 33-24 33 ਡੇਟਡ 29-2-24 ਅੰਡਰ ਸੈਕਸ਼ਨ 376 IPC 4 ਪਾਸਕੋ ਐਕਟ ਕਿ ਜਿਹੜਾ ਮਦਈ ਸੀ ਰਣਜੀਤ ਸਿੰਘ ਵਾਸੀ ਪੱਖੋਵਾਲ ਨੇ ਦੱਸਿਆ ਕਿ ਉਹਦੀ ਜਿਹੜੀ ਬੇਟੀ ਹੈ 5 ਸਾਲ ਦੀ ਉਹਦੇ ਨਾਲ ਪਿੰਡ ਬੀੜਾਂ ਦੇ ਪਰਮਜੀਤ ਸਿੰਘ ਵੱਲੋਂ ਜਿਹੜਾ ਦੁਰਕਰਮ ਕੀਤਾ ਗਿਆ ਅਤੇ ਇਹ ਉਦੋਂ 1 ਮਹੀਨਾ ਪਹਿਲਾਂ ਸੈਂਟਰ ਗਿਆ ਸੀ। ਜਦੋਂ ਸੈਂਟਰ ਤੋਂ ਵਾਪਸ ਆਇਆ ਇਹ ਬੱਚਿਆਂ ਨੂੰ ਆਪਣੀ ਛੋਟੀ ਬੱਚੀ ਨੂੰ ਨਾ ਉੱਥੇ ਬੀੜਾਂ ਪਿੰਡ ਦੇ ਕਿਸੇ ਮੋਹਤਪੁਰ ਵਿਅਕਤੀ ਨੂੰ ਦੇਖ ਰੇਖ ਵਾਸਤੇ ਦੇ ਗਿਆ ਸੀਗਾ। ਉਹਦੀ ਫਿਰ ਜਦੋਂ ਵਾਪਸ ਆਇਆ ਉਹਦੀ ਬੇਟੀ ਨੇ ਦੱਸਿਆ ਵੀ ਇਹ ਫਲਾਣਾ ਜਿਹੜਾ ਪਿੰਡ ਹੈ ਪਰਮਜੀਤ ਹੈ ਆਪਣੇ ਬੀੜਾਂ ਪਿੰਡ ਦਾ ਕਿ ਉਹਨੂੰ ਉਹਦੇ ਨਾਲ ਕੋਈ ਮਾੜੀ ਹਰਕਤ ਕੀਤੀ ਆ, ਜਿਹਦੇ ਵਿੱਚ ਅਸੀਂ ਦੋਸ਼ੀ ਨੂੰ ਅਰੈਸਟ ਕਰ ਲਿਆ ਅਤੇ ਇਹਦਾ ਮਾਨਯੋਗ ਅਦਾਲਤ 'ਚ ਰਿਮਾਂਡ ਹਾਸਲ ਕਰ ਰਹੇ ਹਾਂ ਅਤੇ ਅੱਗੇ ਪੁੱਛਗਿੱਛ ਜਾਰੀ ਕਰਾਂਗੇ। ਪੁਲਿਸ ਨੇ 8 ਸਾਲ ਦੀ ਨਾਬਾਲਿਗ ਲੜਕੀ ਦੇ ਨਾਲ ਜ਼ਬਰ ਜਨਾਹ ਕਰਨ ਦੇ ਦੋਸ਼ ਦੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਪੀੜਿਤ ਲੜਕੀ ਦੇ ਪਿਤਾ ਨੇ ਬਿਆਨ ਦਰਜ ਕਰਵਾਇਆ ਸੀ ਕਿ 1 ਮਹੀਨਾ ਪਹਿਲਾਂ ਉਹ ਨਸ਼ਾ ਛਡਾਊ ਸੈਂਟਰ ਦੇ ਵਿੱਚ ਜਾਂਦਾ ਤਾਂ ਜਾਣ ਤੋਂ ਪਹਿਲਾਂ ਆਪਣੀ 8 ਸਾਲ ਦੀ ਬੇਟੀ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਦੇਖ ਰੇਖ ਲਈ ਛੱਡ ਦਿੰਦਾ ਅਤੇ ਜਦੋਂ ਉਹ ਵਾਪਸ ਆਉਂਦਾ ਹੈ ਤਾਂ ਬੇਟੀ ਉਸਨੂੰ ਦੱਸਦੀ ਹੈ ਕਿ ਪਰਮਜੀਤ ਸਿੰਘ ਉਸਦੇ ਨਾਲ ਜ਼ਬਰਦਸਤੀ ਕਰਦਾ ਸੀ, ਜਿਸ ਤੋਂ ਬਾਅਦ ਉਹ ਪੁਲਿਸ ਦੇ ਕੋਲ ਇਸਦੀ ਸ਼ਿਕਾਇਤ ਦਰਜ ਕਰਵਾਉਂਦਾ। ਤਾਂ ਇਸ ਸੰਬੰਧੀ SHO ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਪੀੜਿਤ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਅਤੇ IPC ਦੀ ਧਾਰਾ 376 ਪੋਕਸੋ ਐਕਟ ਦੇ ਅਧੀਨ ਇਹ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਤਾਂ ਦੱਸ ਦਈਏ ਕਿ ਦੋਸ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਅਤੇ 8 ਸਾਲ ਦੀ ਮਾਸੂਮ ਬੱਚੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਸੀ। ਤਾਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਨਸ਼ਾ ਛਡਾਊ ਕੇਂਦਰ ਵਿੱਚ ਜਾਂਦਾ ਹੈ ਤਾਂ ਜਾਣ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਦੇ ਘਰ ਉਸ ਬੱਚੀ ਨੂੰ ਛੱਡ ਕੇ ਜਾਂਦਾ ਹੈ ਕਿ ਦੇਖ ਰੇਖ ਕੀਤੀ ਜਾ ਸਕੇ, ਪਰ ਉਹਨਾਂ ਦੇ ਵੱਲੋਂ ਹੀ ਉਸ ਬੱਚੀ ਦੇ ਨਾਲ ਜ਼ਬਰ ਜਨਾਹ ਕੀਤਾ ਜਾਂਦਾ ਹੈ। ਤਾਂ 8 ਸਾਲ ਦੀ ਮਾਸੂਮ ਬੱਚੀ ਸੀ, ਜਦ ਪਿਤਾ ਵਾਪਸ ਆਉਂਦਾ ਹੈ ਤਾਂ ਉਹ ਆਪਣੇ ਪਿਤਾ ਨੂੰ ਸਾਰੀ ਗੱਲ ਦੱਸਦੀ ਹੈ ਤਾਂ ਪਿਤਾ ਫਿਰ ਪੁਲਿਸ ਦੇ ਕੋਲ ਇਸਦੀ ਸ਼ਿਕਾਇਤ ਦਰਜ ਕਰਵਾਉਂਦਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਸ਼ਖਸ ਨੂੰ ਪੋਕਸੋ ਐਕਟ ਦੇ ਅਧੀਨ ਗ੍ਰਿਫਤਾਰ ਕਰ ਲਿਆ। ਸਾਡੇ ਚੌਂਕੀ ਇੰਚਾਰਜ ਸੈਲਾ ASI ਓਂਕਾਰ ਸਿੰਘ ਨੇ ਇੱਕ FIR ਨੰਬਰ ਦਰਜ ਕੀਤੀ ਜੀ 33-24
33 ਡੇਟਡ 29/2/24 ਅੰਡਰ ਸੈਕਸ਼ਨ 376 IPC 4 ਪਾਸਕੋ ਐਕਟ ਕਿ ਜਿਹੜਾ ਮਦਈ ਸੀ ਰਣਜੀਤ ਸਿੰਘ ਵਾਸੀ ਪੱਖੋ ਵਾਲੇ ਦੱਸਿਆ ਕਿ ਉਹਦੀ ਜਿਹੜੀ ਬੇਟੀ ਹੈ 5 ਸਾਲ ਦੀ ਉਹਦੇ ਨਾਲ ਪਿੰਡ ਬੀੜਾਂ ਦੇ ਪਰਮਜੀਤ ਸਿੰਘ ਵੱਲੋਂ ਜਿਹੜਾ ਦੁਰਕਰਮ ਕੀਤਾ ਗਿਆ ਅਤੇ ਇਹ ਉਦੋਂ ਇੱਕ ਮਹੀਨਾ ਪਹਿਲਾਂ ਸੈਂਟਰ ਗਿਆ ਸੀ ਜਦੋਂ ਸੈਂਟਰ ਤੋਂ ਵਾਪਸ ਆਇਆ ਇਹ ਬੱਚਿਆਂ ਨੂੰ ਆਪਣੀ ਛੋਟੀ ਬੱਚੀ ਨੂੰ ਨਾ ਉੱਥੇ ਬੀੜਾਂ ਪਿੰਡ ਦੇ ਕਿਸੇ ਮੋਹਤਪੁਰ ਵਿਅਕਤੀ ਨੂੰ ਦੇਖ ਰੇਖ ਵਾਸਤੇ ਦੇ ਗਿਆ ਸੀਗਾ ਉਹਦੀ ਫਿਰ ਜਦੋਂ ਵਾਪਸ ਆਇਆ ਉਹਦੀ ਬੇਟੀ ਨੇ ਦੱਸਿਆ ਵੀ ਇਹ ਫਲਾਣਾ ਜਿਹੜਾ ਪਿੰਡ ਹੈ ਪਰਮਜੀਤ ਹੈ ਆਪਣੇ ਬੀੜਾਂ ਪਿੰਡ ਦਾ ਕਿ ਉਹਨੂੰ ਉਹਦੇ ਨਾਲ ਕੋਈ ਮਾੜੀ ਹਰਕਤ ਕੀਤੀ ਆ ਜਿਹਦੇ ਵਿੱਚ ਅਸੀਂ ਦੋਸ਼ੀ ਨੂੰ ਅਰੈਸਟ ਕਰ ਲਿਆ ਅਤੇ ਇਹਦਾ ਮਾਨਯੋਗ ਅਦਾਲਤ 'ਚ ਰਿਮਾਂਡ ਹਾਸਲ ਕਰ ਰਹੇ ਹਾਂ ਅਤੇ ਅੱਗੇ ਪੁੱਛਗਿੱਛ ਜਾਰੀ ਕਰਾਂਗੇ।